ਬਹੁਤ ਹੀ ਉੱਗੇ ਸਮਾਜ ਸੇਵੀ ਅਤੇ ਗਰੀਬਾਂ ਦੇ ਮਸੀਹਾ ਚੌਧਰੀ ਜਗਜੀਤ ਸਿੰਘ ਜੀ ਦਾ ਜਨਮ 26 ਜੁਲਾਈ 1934 ਨੂੰ ਪਿੰਡ ਤਾਲੇਵਾਲ ਵਿਖੇ ਮਾਤਾ ਸੰਪੂਰਨ ਕੌਰ ਦੀ ਕੁੱਖੋਂ ਮਾਸਟਰ ਗੁਰਬੰਤਾ ਸਿੰਘ ਜੀ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਦੇ ਘਰ ਹੋਇਆ। ਚੌਧਰੀ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਪਿੰਡ ਦੀ ਸਰਪੰਚੀ ਤੋਂ ਕੀਤੀ, ਪਰ ਅਜਿਹੀ ਸ਼ੁਰੂਆਤ ਕੀਤੀ ਕਿ ਪੌੜੀ ਦਰ ਪੌੜੀ ਅੱਗੇ ਹੀ ਵਧਦੇ ਗਏ, ਮੁੜ ਪਿੱਛੇ ਨਹੀਂ ਦੇਖਿਆ। ਆਪ ਜੀ ਨੂੰ ਰਾਜਨੀਤਿਕ ਜੀਵਨ ਦੀ ਗੁੜਤੀ ਆਪ ਜੀ ਦੇ ਪਿਤਾ ਪਾਸੋਂ ਮਾਸਟਰ ਗੁਰਬੰਤਾ ਸਿੰਘ ਜੀ ਪਾਸੋਂ ਹੀ ਮਿਲੀ ਸੀ। ਆਪ ਰਾਜਨੀਤਿਕ ਕੰਮਾਂ ਵਿੱਚ ਹਮੇਸ਼ਾ ਆਪਣੇ ਪਿਤਾ ਜੀ ਦੀ ਮਦਦ ਕਰਿਆ ਕਰਦੇ ਸਨ। ਜਿੱਥੇ ਆਪ ਜੀ ਦੀਆਂ ਰਾਜਨੀਤਿਕ ਖੇਤਰ ਵਿੱਚ ਬਹੁਤ ਦੇਣਾ ਹਨ, ਉੱਥੇ ਹੀ ਕੋਈ ਵੀ ਸਮਾਜਿਕ ਜਾਂ ਧਾਰਮਿਕ ਕੰਮ ਹੋਵੇ, ਆਪ ਹਮੇਸ਼ਾ ਹੀ ਅਗਲੇਰੀਆਂ ਕਤਾਰਾਂ ਵਿੱਚ ਰਹਿ ਕੇ ਕੰਮ ਕਰਿਆ ਕਰਦੇ ਸਨ। ਕਰਤਾਰਪੁਰ ਵਿੱਚ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਕਾਲਜ ਅਤੇ ਸਕੂਲ ਹੈ, ਜੋ ਕਿ ਆਪ ਜੀ ਦੇ ਪਿਤਾ ਦੇ ਨਾਮ ਤੇ ਹੈ, ਜਿਸ ਦੇ ਆਪ ਚੇਅਰਮੈਨ ਸਨ, ਜਿੱਥੇ ਅਨੇਕਾਂ ਬੱਚੇ ਬੱਚੀਆਂ ਸਿੱਖਿਆ ਗ੍ਰਹਿਣ ਕਰ ਰਹੇ ਹਨ। ਧਾਰਮਿਕ ਖੇਤਰ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਰਵਿਦਾਸ ਭਵਨ ਜੀ ਦੇ ਸਮੁੱਚੇ ਕੰਮ ਕਾਜ ਦੀ ਦੇਖ ਰੇਖ, ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣਾ ਹੋਵੇ ਜਾਂ ਜੋਤੀ ਜੋਤ ਸਮਾਵਨ ਦਿਵਸ ਮਨਾਉਣਾ ਹੋਵੇ, ਆਪ ਹਮੇਸ਼ਾ ਹੀ ਅਗਾਂਹ ਵੱਧ ਕੇ ਸਭ ਕੰਮ ਕਰਿਆ ਕਰਦੇ ਸਨ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੁਰੂਆਂ ਬਾਰੇ ਜਾਣਕਾਰੀ ਹੋਵੇ, ਉਹਨਾਂ ਪ੍ਰਤੀ ਲਗਾਅ ਹੋਵੇ, ਉਹਨਾਂ ਬਾਰੇ ਪਤਾ ਲੱਗ ਸਕੇ। ਚੌਧਰੀ ਜਗਜੀਤ ਸਿੰਘ ਜੀ ਬਹੁਤ ਹੀ ਸੰਸਕਾਰੀ ਇਨਸਾਨ ਸਨ ਅਤੇ ਹਮੇਸ਼ਾ ਹੀ ਹਰ ਵਰਗ ਦੇ ਭਲੇ ਲਈ ਤਤਪਰ ਰਹਿੰਦੇ ਸਨ। ਆਪ ਜੀ ਦੇ 2 ਬੇਟੇ ਅਤੇ 2 ਬੇਟੀਆਂ ਹਨ, ਜੋ ਕਿ ਆਪਣੇ ਪਿਤਾ ਜੀ ਦੇ ਪਾਏ ਪੂਰਨਿਆਂ ਅਨੁਸਾਰ ਚੱਲ ਕੇ ਆਪਣੇ ਪਰਿਵਾਰ ਦੇ ਨਾਮ ਨੂੰ ਰੋਸ਼ਨ ਕਰ ਰਹੇ ਹਨ। ਆਪ ਜੀ ਦੇ ਬੇਟੇ ਸੁਰਿੰਦਰ ਚੌਧਰੀ ਬਹੁਤ ਹੀ ਸੁਗੜ ਅਤੇ ਸਿਆਣੇ ਹਨ ਅਤੇ ਆਪਣੇ ਪਿਤਾ ਜੀ ਦੇ ਪਾਏ ਪੂਰਨਿਆਂ ਅਨੁਸਾਰ ਚੱਲ ਕੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿੱਚ ਆਪਣਾ ਨਾਮਣਾ ਖੱਟ ਰਹੇ ਹਨ ਅਤੇ ਪਰਿਵਾਰ ਦੇ ਨਾਮ ਨੂੰ ਰੋਸ਼ਨ ਕਰ ਰਹੇ ਹਨ। ਅਜਿਹੀ ਬਹੁਪੱਖੀ ਸ਼ਖਸੀਅਤ ਚੌਧਰੀ ਜਗਜੀਤ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਪਿੰਡ ਤਾਲੇਵਾਲ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਚੌਧਰੀ ਜਗਜੀਤ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੇਸ਼ ਹੈ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ। ਸਭ ਪਿਰਸ਼ੀਏ
Yeah.
ਗ੍ਰੇਟ ਪਰਸਨੈਲਿਟੀ ਮੈਂ ਤੁਹਾਨੂੰ ਦੋ ਗੱਲਾਂ ਉਹਨਾਂ ਦੀਆਂ ਦੱਸਣੀਆਂ ਇਲੈਕਸ਼ਨ ਤੋਂ ਬਾਅਦ ਦੀਆਂ ਹਾਲੇ ਰਿਜ਼ਲਟ ਨਹੀਂ ਸੀ ਆਇਆ ਰਿਜ਼ਲਟ ਨਹੀਂ ਸੀ ਆਇਆ ਮੈਂ ਵੀ ਡਾਕਟਰ ਸਾਹਿਬ ਦੇ ਚਲੇ ਗਿਆ ਉਹ ਵੀ ਆ ਗਿਆ ਹਾਲ ਚਾਲ ਪੁੱਛਿਆ ਹਾਲ ਚਾਲ ਪੁੱਛਦਿਆਂ ਨਹੀਂ ਤਾਂ ਹਰ ਵਿਰੋਧੀ ਵਿਚਾਰਾਂ ਵਾਲਾ ਮਨੁੱਖ ਇਹ ਸਮਝਦਾ ਕਿ ਜੇ ਮੇਰਾ ਵਿਰੋਧੀ ਡਿੱਗ ਗਿਆ ਨਾ ਚੋਣੇ ਫਸਿਆ ਆ ਤੇ ਇਹਨੂੰ ਮੈਂ ਦਬਾ ਲਵਾਂ ਮੈਨੂੰ ਹੁਣ ਦੱਬ ਦਵਾਂ ਉੱਠ ਨਾ ਸਕੇ ਰਾਜਨੀਤੀ ਚਾਹਣ ਕੀ ਇਹਦੀ ਕਹਿੰਦੀ ਹੈ ਪਰ ਉਹਦੀ ਗ੍ਰੇਟਨੈਸ ਦੇਖੋ ਉਸ ਵਿਛੜੇ ਲੀਡਰ ਦੀ ਗ੍ਰੇਟਨੈਸ ਦੱਸੋ ਮੈਨੂੰ ਕਹਿੰਦੇ ਤੁਸੀਂ ਇੱਧਰ ਕੱਲ੍ਹ ਹੀ ਆ ਗਏ ਮੈਂ ਕਿਹਾ ਫੈਸਲਾ ਕਰ ਲਿਆ ਮੇਰੀ ਪਾਰਟੀ ਨੇ ਤੇ ਗੱਲ ਕੀ ਸੀ ਅਲਫਾਜ਼ ਕੀ ਸੀ ਹਾਲਾਂਕਿ ਉਹਨਾਂ ਨੂੰ ਇਹ ਸੀ ਵੀ ਚਲੋ ਪਤਾ ਨਹੀਂ ਤੁਸੀਂ ਹਾਲੇ ਤਾਂ ਪਤਾ ਹੀ ਨਹੀਂ ਸੀ ਕੀ ਹੋਣਾ ਕਹਿੰਦਾ ਪਾਰਟੀਆਂ ਇੱਦਾਂ ਹੀ ਕਰਦੀਆਂ ਹੁੰਦੀਆਂ ਜਦੋਂ ਕੋਈ ਸੀਨੀਅਰ ਹੋ ਜਾਵੇ ਮੈਂ ਕਿਹਾ ਨਹੀਂ ਐਸੀ ਕੋਈ ਗੱਲ ਨਹੀਂ ਇੱਕ ਵਾਰੀ ਮੈਨੂੰ ਕੱਖ ਨਹੀਂ ਮਿਲ ਗਿਆ ਸ਼ਹੀਦ ਹੋ ਗਿਆ ਨੌਜਵਾਨ ਕਾਰਗਿਲ ਦੇ ਵਿੱਚ ਉੱਥੇ ਸ਼ਹੀਦ ਤੇ ਅਸੀਂ ਇਕੱਠੇ ਹੋ ਗਏ ਮੈਂ ਰਿਜ਼ਾਈਨ ਕਰ ਚੁੱਕਿਆ ਸੀ ਮੈਨੂੰ ਕਹਿੰਦੇ ਉਹੀ ਗੱਲ ਹੋਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਮਾੜੀ ਧਾਰ ਚ ਮਾੜ ਲਈ ਤੇ ਮੈਂ ਕਿਹਾ ਨਹੀਂ ਨਹੀਂ ਚੌਧਰੀ ਸਾਹਿਬ ਨਹੀਂ ਤਾਂ ਬੰਦਾ ਕਹਿੰਦਾ ਨਹੀਂ ਇਹ ਦੱਬ ਗਿਆ ਇਹਨੂੰ ਦਬਾ ਦਿਓ ਪਰ ਨਹੀਂ ਉਹ ਗ੍ਰੇਟ ਸੀ ਉਹਨੇ ਸਾਡੇ ਵਿਚਾਰਾਂ ਦਾ ਫਰਕ ਵੀ ਸੀ ਪਰ ਹਮਦਰਦੀ ਕੀਤੀ ਐਸੇ ਗ੍ਰੇਟ ਲੀਡਰ ਨੂੰ ਐਸੇ ਗ੍ਰੇਟ ਲੀਡਰ ਦਾ ਚਲੇ ਜਾਣਾ ਮੈਂ ਸਮਝਦਾ ਕਿ ਇਹ ਕੌਮ ਲਈ ਦੇਸ਼ ਲਈ ਸਮਾਜ ਲਈ ਬਹੁਤ ਵੱਡਾ ਘਾਟਾ ਆ ਰਾਤ ਤੋਂ ਲੈ ਕੇ ਅੱਜ ਤੱਕ ਜਿਹਨਾਂ ਬੰਦਿਆਂ ਨੇ ਇਤਿਹਾਸ ਦੇ ਵਿੱਚ ਸਮੇਂ ਦੇ ਜ਼ੁਲਮ ਸਮੇਂ ਦੇ ਉਹਨਾਂ ਹਾਕਮਾਂ ਦੇ ਵਿਰੁੱਧ ਆਵਾਜ਼ਾਂ ਉਠਾਈਆਂ ਫਾਂਸੀਆਂ 'ਤੇ ਚੜ੍ਹੇ ਪਰ ਉਹ ਅੱਜ ਵੀ ਇਤਿਹਾਸ ਦੇ ਵਿੱਚ ਜਿੰਦਾ ਹੈ ਆ ਸਾਨੂੰ ਦੇਖਣ ਨੂੰ ਮਿਲਦਾ ਇੱਥੇ ਕਿ ਉਹ ਦੁਆਬੇ ਦੇ ਵਿੱਚ ਦਲਿਤ ਸੁਭਾਅ ਦੀ ਗਿਣਤੀ ਬਹੁਤ ਵੱਡੀ ਹੈ 100 ਚੋਂ 52-53 ਲੋਕ ਦਲਿਤ ਸਮਾਜ 'ਚ ਹੈ ਪਰ ਅੱਜ ਮੈਂ ਬੜੇ ਫਖਰ ਨਾਲ ਕਹਿ ਸਕਦਾ ਕਿ ਇਸ ਇਕੱਠ ਦੇ ਵਿੱਚ ਕੋਈ 70-75% ਉਹ ਲੋਕ ਹੈ ਜਿਹੜੇ ਦਲਿਤ ਨਹੀਂ ਜਿਹੜੇ ਇਸ ਕਰਕੇ ਆਏ ਕਿ ਦਲਿਤਾਂ ਦੀ ਭਲਾਈ ਦੇ ਲਈ ਉਹਨਾਂ ਨੇ ਆਪਣਾ ਸਾਰਾ ਜੀਵਨ ਲਾ ਕੇ ਸਾਡੇ ਦੇਸ਼ ਦੀ ਜਿਹੜੀ ਬਹੁਤ ਵੱਡੀ ਛੂਛਾਤ ਦੀ ਲਾਹਨਤ ਜਿਹੜੀ ਸਾਡੇ ਦੇਸ਼ ਦੇ ਵਿੱਚ ਇੱਕ ਕੈਂਸਰ ਹੈ ਉਹਦੇ ਖਿਲਾਫ ਡਟ ਕੇ ਖੜੇ ਹੋਏ ਚੌਧਰੀ ਜਗਜੀਤ ਸਿੰਘ ਜੀ ਦੀ ਸ਼ਖਸੀਅਤ ਕਿਸੇ ਵੀ ਪਰਿਚੇ ਦੀ ਮੁਹਤਾਜ ਨਹੀਂ ਉਹਨਾਂ ਦਾ ਜੋ ਯੋਗਦਾਨ ਹੈ ਸਮਾਜ ਵਾਸਤੇ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਉਹ ਇਸ ਗੱਲ ਦਾ ਇੱਥੇ ਸਾਰਾ ਹੁੰਮਹੁੰਮਾਂ ਦਾ ਜਿਹੜਾ ਇਕੱਠ ਹੈ ਜਿਹੜਾ ਅੱਜ ਉਹਨਾਂ ਦੀ ਅੰਤਿਮ ਯਾਦ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ ਉਸ ਗੱਲ ਦਾ ਸਬੂਤ ਹੈ ਹਰ ਪਾਰਟੀ ਦੇ ਹਰ ਵਰਗ ਤੋਂ ਲੋਕ ਇੱਥੇ ਜੁੜੇ ਨੇ ਉਹਨਾਂ ਦੀ ਸੋਚ ਨੂੰ ਅੱਜ ਸਾਰੇ ਇੱਥੇ ਇਕੱਠੇ ਨੇ ਪਰ ਮੈਂ ਸਮਝਦਾ ਹਾਂ ਵੀ ਸਭ ਤੋਂ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਹੋਇਆ ਹੀ ਹੈ ਕਾਂਗਰਸ ਪਾਰਟੀ ਨੂੰ ਵੀ ਇੱਕ ਬਹੁਤ ਵੱਡਾ ਘਾਟਾ ਹੋਇਆ ਕਿਉਂਕਿ ਇਕੱਲੇ ਚੋਹ ਸਾਹਿਬ ਨੇ ਉਹਨਾਂ ਦਾ ਸਾਰਾ ਪਰਿਵਾਰ ਕਾਂਗਰਸ ਪਾਰਟੀ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਦੇ ਜਿੰਦਾ ਜਾਗਦਾ ਸਬੂਤ ਸਨ ਬਲੀਦਾਨ ਜਿਸ ਤਰ੍ਹਾਂ ਮਾਸਟਰ ਗੁਰਬੰਤਾ ਸਿੰਘ ਜੀ ਦਾ ਬਲੀਦਾਨ ਸਾਰਿਆਂ ਨੂੰ ਯਾਦ ਹੈ ਜਿਸ ਤਰ੍ਹਾਂ ਗਰੀਬਾਂ ਵਾਸਤੇ ਲੜਾਈ ਦਲਿਤ ਵਰਗ ਵਾਸਤੇ ਲੜਾਈ ਪਿਛੜੇ ਵਰਗ ਵਾਸਤੇ ਲੜਾਈ ਕਾਂਗਰਸ ਦੀ ਇੱਕ ਪਹਿਚਾਣ ਹੈ ਉਸ ਪਹਿਚਾਣ ਨੂੰ ਅੱਗੇ ਲੈ ਕੇ ਜਿਸ ਤਰ੍ਹਾਂ ਚੌਧਰੀ ਸਾਹਿਬ ਨੇ ਆਪਣੇ ਸਾਰੀ ਉਮਰ ਜਾਂ ਸਾਰੇ ਪਰਿਵਾਰ ਨੇ ਆਪਣਾ ਯੋਗਦਾਨ ਪਾਇਆ ਇਸ ਸੰਸਾਰ 'ਚ ਜੋ ਵੀ ਆਇਆ ਉਹ ਚਲਾ ਗਿਆ ਅਸੀਂ ਸਭ ਨੇ ਜਾਣਾ ਮਰਨਾ ਸੱਚ ਜੀਣਾ ਝੂਠ ਇਹ ਕਟਲ ਸੱਚਾਈ ਹੈ ਸਤਿਕਾਰਯੋਗ ਸਾਥੀਓ ਚੌਧਰੀ ਜਗਜੀਤ ਸਿੰਘ ਦੇ ਇਸ ਪਰਿਵਾਰ ਦਾ ਇਤਿਹਾਸ ਹੈ ਬਹੁਤ ਲੰਬਾ ਗੌਰਵਮਈ ਇਤਿਹਾਸ ਅਤੇ ਸੁਨਹਿਰੀ ਇਤਿਹਾਸ ਇਸ ਪਰਿਵਾਰ ਦਾ ਜੇ ਨਿਗਾਹ ਮਾਰੀਏ ਜਿੰਨੀ ਕੁ ਮੈਨੂੰ ਸਮਝ ਹੈ ਇਹੀ ਇੱਕ ਪਰਿਵਾਰ ਹੈ 1946 ਤੋਂ ਲੈ ਕੇ ਤਕਰੀਬਨ 70 ਸਾਲ ਤੋਂ ਕਾਂਗਰਸ ਦੇ ਉੱਘੇ ਲੀਡਰਾਂ 'ਚ ਮਾਸਟਰ ਗੁਰਬੰਤਾ ਸਿੰਘ ਜੀ ਉਹਨਾਂ ਦੇ ਦੋਨੋਂ ਸਪੁੱਤਰ ਅਤੇ ਸਾਰਾ ਪਰਿਵਾਰ ਸ਼ਾਇਦ ਹੀ ਪੰਜਾਬ 'ਚ ਕੋਈ ਐਸਾ ਪਰਿਵਾਰ ਹੋਏਗਾ ਜਿਹੜਾ 70 ਸਾਲ ਤੋਂ ਲਗਾਤਾਰ ਉੱਚੀਆਂ ਸ਼ਖਸੀਅਤਾਂ ਅਤੇ ਪਾਰਟੀ ਦੀ ਸੇਵਾ ਕਰਨ ਵਾਲਾ ਕੋਈ ਹੋਵੇ ਸਰਦਾਰ ਜਗਜੀਤ ਸਿੰਘ ਜੀ ਜਿਹੜੇ ਕਿ ਸੰਨ 97 ਵਿੱਚ ਮੇਰੇ ਨਾਲ ਹੀ
MLA ਸੀ ਮੇਰਾ ਬੜਾ ਇਹਨਾਂ ਦੇ ਨਾਲ ਪਿਆਰ ਸੀ ਕਿਉਂਕਿ ਅਸੀਂ ਇੱਕ ਹੀ ਫਲੈਟ 'ਚ ਦੋਵੇਂ ਰਹਿੰਦੇ ਸੀ ਉਹ ਥੱਲੇ ਰਹਿੰਦੇ ਸੀ ਮੈਂ ਉੱਤੇ ਰਹਿੰਦਾ ਸੀ ਤੋ ਦੇਖਿਆ ਕਿ ਇਹਨਾਂ ਦਾ ਸੁਭਾਅ ਮਿੱਠ ਬੋਲਣਾ ਔਰ ਇਹ ਜਿੱਥੇ ਪੰਜਾਬ ਦੇ ਲੀਡਰ ਸਨ ਉੱਥੇ ਕਾਂਗਰਸ ਦੇ ਇੰਡੀਆ ਲੈਵਲ ਦੇ ਵੀ ਇਹਨਾਂ ਦਾ ਬੜੀ ਹੋਂਦ ਸੀ ਮੈਨੂੰ ਮਾਣ ਅਤੇ ਗੌਰਵ ਹੈ ਕਿ ਚੌਧਰੀ ਜਗਜੀਤ ਸਿੰਘ ਜੀ ਜਿੱਥੇ ਸਾਡੀ ਪਾਰਟੀ ਦੇ ਸਾਰੇ ਵਰਗਾਂ ਦੇ ਲੀਡਰ ਬਣ ਕੇ ਇੱਕ ਉੱਚ ਕੋਟੀ ਦੇ ਲੀਡਰ ਬਣੇ ਮੇਰੇ ਨਾਲ ਵਿਧਾਨ ਸਭਾ 'ਚ ਡਿਪਟੀ ਲੀਡਰ ਰਹੇ ਫਿਰ ਉਸ ਤੋਂ ਬਾਅਦ ਆਪੋਜੀਸ਼ਨ ਲੀਡਰ ਰਹੇ ਪਾਰਟੀ ਵਿੱਚ ਹਰ ਥਾਂ 'ਤੇ ਦੁੱਖਾਂ ਅਤੇ ਸੁੱਖਾਂ ਵਿੱਚ ਜੇਲ੍ਹਾਂ ਅਤੇ ਰੇਲਾਂ ਵਿੱਚ ਡਾਂਗਾਂ ਅਤੇ ਧਰਨਿਆਂ ਵਿੱਚ ਉਹ ਕਦੇ ਪਿੱਛੇ ਨਹੀਂ ਹਟੇ ਸੀ ਲੇਕਿਨ ਸਾਨੂੰ ਮਾਣ ਗੌਰਵ ਇਸ ਪਰਿਵਾਰ ਦੇ ਉੱਪਰ ਮਾਸਟਰ ਬਲਵੰਤਾ ਸਿੰਘ ਜੀ ਦਾ ਪਰਿਵਾਰ ਮੈਂ ਦੇਖਿਆ ਉਹਨਾਂ ਨੂੰ ਨੇੜੇ ਤੋਂ ਕਿਸ ਤਰੀਕੇ ਨਾਲ ਮਾਸਟਰ ਜੀ ਉੱਚ ਕੋਟੀ ਦੇ ਖਿਆਲ ਰੱਖ ਕੇ ਕਿਸ ਤਰੀਕੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਣਖ ਨਾਲ ਜ਼ਿੰਮੇਵਾਰੀ ਨਾਲ ਪਿਆਰ ਦੇ ਨਾਲ ਫਰਜ਼ਾਂ ਦੀ ਪੂਰਤੀ ਕਰਦੇ ਸੀ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਸੀ ਅੱਜ ਇਹੀ ਕਾਰਨ ਹੈ ਜਿੱਥੇ ਮਾਸਟਰ ਬਲਵੰਤਾ ਸਿੰਘ ਜੀ ਦਾ ਸਿਆਸੀ ਜੀਵਨ ਉੱਚਾ ਅਤੇ ਸੁੱਚਾ ਰਿਹਾ ਉੱਥੇ ਪਰਿਵਾਰਕ ਤੌਰ 'ਤੇ ਵੀ ਮਾਸਟਰ ਜੀ ਦੇ ਪਰਿਵਾਰ ਦੇ ਚਾਰੋਂ ਦੋਨੋਂ ਪੁੱਤਰ ਦੋਨੋਂ ਪੋਤਰੇ ਕਿਸ ਤਰੀਕੇ ਨਾਲ ਅੱਜ ਰਾਜਸੀ ਪਿੰਡ ਵਿੱਚ ਆਪਣਾ ਆਪਣਾ ਵੱਖਰਾ ਪੰਨਾ ਲਿਖ ਰਹੇ ਨੇ ਉਹਨਾਂ ਦੇ ਛੋਟੇ ਭਾਈ ਜਿਹੜੇ ਅੱਜ ਨਿਊਜ਼ੀਲੈਂਡ ਤੋਂ ਆਏ ਨੇ ਮੇਰੇ ਨਾਲ ਬੈਠੇ ਸਨ ਉਹਨਾਂ ਨੇ ਜ਼ਿਕਰ ਕੀਤਾ ਕਿ ਆਪਣੇ ਸੁਰਵਾਸੀ ਪਿਤਾ ਕਿਹੜੀ ਬੜੀ ਸੌਖੀ ਗੱਲ ਅੱਜ ਕਲਯੁੱਗ ਹੈ ਕਲਯੁੱਗ ਦੇ ਵਿੱਚ ਲੋਕ ਇੱਕ ਅੱਧੀ ਬਰਸੀ ਤੋਂ ਬਾਅਦ ਮਾਤਾ ਪਿਤਾ ਨੂੰ ਭੁੱਲ ਜਾਂਦੇ ਇਹ ਇੱਕ ਕਿਰਦਾਰ ਦੀ ਗੱਲ ਹੈ ਕੈਰੈਕਟਰ ਦੀ ਗੱਲ ਹੈ ਹਮੇਸ਼ਾ ਹਰ ਰੋਜ਼ ਸਵੇਰੇ ਆਪਣੀ ਪਿਤਾ ਦੀ ਜਗ੍ਹਾ 'ਤੇ ਆ ਕੇ ਫੁੱਲ ਚੜਾਉਣਾ ਇਹ ਵੀ ਮੈਨੂੰ ਦੱਸਿਆ ਗਿਆ ਕਿ ਜਿਸ ਦਿਨ ਚੌਧਰੀ ਸਾਹਿਬ ਪੂਰੇ ਹੋਏ ਨੇ ਉਸੇ ਦਿਨ ਮਾਸਟਰ ਗੁਰਬੰਤਾ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੋਇਆ ਤੁਸੀਂ ਵੇਖੋ ਜਿਹੜਾ ਦਿਲ ਦਾ ਰਿਸ਼ਤਾ ਹੁੰਦਾ ਜਿਹੜਾ ਅੰਤਰਾ ਦਾ ਰਿਸ਼ਤਾ ਹੁੰਦਾ ਉਹ ਇਹ ਹੁੰਦਾ ਖਿੱਚ ਵੀ ਵੇਖੋ ਕਿੰਨੀ ਸੀ ਜਿੱਦਣ ਹੋਸਪਿਟਲ ਵੀ ਗਏ ਨੇ ਉਹਨੇ ਮੈਨੂੰ ਦੱਸਿਆ ਕਿ ਨਾਲ ਇੱਕ ਸਾਫ ਜੋੜਾ ਕੱਪੜਿਆਂ ਦਾ ਲੈ ਕੇ ਗਏ ਨੇ ਕਿ ਹੋਸਪਿਟਲ ਤੋਂ ਚੈੱਕ ਕਰਵਾ ਕੇ ਠੀਕ ਠਾਕ ਹੋ ਕੇ ਤਿਆਰ ਹੋ ਕੇ ਮੈਂ ਸਿੱਧੇ ਸਮਾਧ 'ਤੇ ਪਹੁੰਚਣਾ ਉੱਥੇ 40 ਪੌਦੇ ਵੀ ਲਏ ਨੇ ਉੱਥੇ ਫੁੱਲਾਂ ਦਾ ਪ੍ਰਬੰਧ ਵੀ ਕੀਤਾ ਸੋ ਜਾਣਾ ਤੇ ਅਸੀਂ ਸਾਰੇ ਉਂਝ ਮੈਂ ਸਮਝਣਾ ਇੱਕ ਪਰਮਾਤਮਾ ਇੱਕ ਸੰਤ ਦੇ ਰੂਪ ਵਿੱਚ ਗਏ 80 ਸਾਲ ਦੀ ਉਮਰ ਦੇ ਵਿੱਚ ਚੱਲਦੇ ਫਿਰਦੇ ਹੋਏ ਕੋਈ 2-4-5 ਸਾਲ ਹੋਰ ਵੀ ਨਿਕਲ ਜਾਂਦੇ ਜੇ ਹੋਸਪਿਟਲਸ ਦੇ ਵਿੱਚ ਜਾਂ ਤਕਲੀਫ ਵਿੱਚ ਹੀ ਨਿਕਲਣ ਤੋਂ ਕੋਈ ਵੱਡੀ ਗੱਲ ਨਹੀਂ ਤੋ ਮੈਂ ਸਮਝਣਾ ਬਹੁਤ ਵੱਡੀ ਕਾਢ ਪਾਰਟੀ ਵਿੱਚ ਇਸ ਤਰ੍ਹਾਂ ਹੈ ਮੈਂ ਵੀ ਇਹਨਾਂ ਦਾ ਕੁਲੀਗ ਸੀ ਕੰਮ ਕਰਨ ਦਾ ਮੌਕਾ ਮਿਲਿਆ ਮੇਰੀ ਉਮਰ ਭਾਵੇਂ 57 ਸਾਲ ਹੈ ਚੌਧਰੀ ਸਾਹਿਬ ਦਾ ਅਸੀਂ 80 ਸਾਲ ਦੀ ਉਮਰ 'ਚ ਮੁਕਾਬਲਾ ਨਹੀਂ ਸੀ ਕਰਦਾ ਇੰਨਾ ਜ਼ਿਆਦਾ ਹਿੰਮਤੀ ਹਿੰਮਤ ਕਈ ਦਫ਼ਾ ਜਿੱਥੇ ਕੋਈ ਹੋਰ ਡਿਊਟੀ ਨਹੀਂ ਸੀ ਕਰ ਸਕਦਾ ਹਮੇਸ਼ਾ ਉੱਥੇ ਕਹਿਣਾ ਕਿ ਜੇ ਹੋਰ ਕੋਈ ਨਹੀਂ ਜਾ ਸਕਦਾ ਚੌਧਰੀ ਜਗਜੀਤ ਸਿੰਘ ਜੀ ਨੂੰ ਕਲਾਮ ਕੁਛ ਹੀ ਮਹੀਨੇ ਪਹਿਲੇ ਮੁਝੇ ਚੌਧਰੀ ਸਾਹਿਬ ਨੇ ਜਲੰਧਰ ਬੁਲਾਇਆ ਥਾ ਗੁਰੂ ਰਵਿਦਾਸ ਪਰ ਇੱਕ ਸੰਮੇਲਨ ਕੀਆ ਥਾ ਉਸਮੇ ਵੀ ਬਹੁਤ ਲੋਕ ਆਏ ਥੇ ਪਹਿਲੇ ਵੀ ਮੈਂ ਜਬ ਵੀ ਆਤੀ ਥੀ ਚੌਧਰੀ ਸਾਹਿਬ ਕੇ ਬੁਲਾਨੇ ਪੇ ਦੇਖਤੀ ਥੀ ਬਹੁਤ ਲੋਕ ਆਤੇ ਥੇ ਸੰਮੇਲਨ ਮੇਂ ਸਭਾ ਮੇਂ ਵਿਸ਼ਵਾਸ ਰੱਖਤੇ ਥੇ ਵੋ ਚੌਧਰੀ ਸਾਹਿਬ ਪਰ ਜਦੋਂ ਵੀ ਕੋਈ ਕੰਮ ਹੁੰਦਾ ਸੀ ਅਗਰ ਕੋਈ ਟੈਲੀਫੋਨ ਕਰਦਾ ਚੌਧਰੀ ਸਾਹਿਬ ਨੂੰ ਕਿ ਕੋਈ ਜ਼ਰੂਰੀ ਕੰਮ ਹੈ ਉਹ ਤਿਆਰ ਫਟਾਫਟ ਤਿਆਰ ਹੋ ਜਾਂਦਾ ਸੀ ਚਾਹੇ ਦਿੱਲੀ ਜਾਣਾ ਹੋਏ ਚਾਹੇ ਕਿਤੇ ਜਾਣਾ ਹੋਏ ਕਦੇ ਨਾ ਨਹੀਂ ਕਿਸੇ ਗੱਲ ਦੀ ਉਹਨਾਂ ਨੇ ਕੀਤੀ ਉਹਨਾਂ ਦੇ ਵਿੱਚ ਕੁੱਟ ਕੇ ਇੱਕ ਪਾਰਟੀ ਦਾ ਜਜ਼ਬਾ ਇੱਕ ਪਿਆਰ ਭਰਿਆ ਹੋਇਆ ਸੀ ਔਰ ਆਹ ਹੁਣ ਪਿੱਛੇ ਜੇ ਮੈਂ ਇੱਕ ਦਿਨ ਪੁੱਛਿਆ ਵੀ ਆਦਮਪੁਰ ਕੈਦ ਸਾਹਿਬ ਦੇ ਰੈਲੀ ਦੇ ਵਿੱਚ ਮੈਂ ਕਿਹਾ ਤੁਸੀਂ ਢਿੱਲੇ ਲੱਗ ਰਹੇ ਹੋ ਮੈਨੂੰ ਕੁਛ ਠੀਕ ਹੋ ਕਹਿੰਦੇ ਬਿਲਕੁਲ ਠੀਕ ਹੈ ਮੈਂ ਕੋਈ ਤਕਲੀਫ ਨਹੀਂ ਮੈਂ ਕਿਹਾ ਚੈੱਕਅਪ ਵੀ ਕਰਾਈ ਹੈ ਕਹਿੰਦੇ ਸਭ ਕੁਛ ਕਰਾ ਲਿਆ ਕੁਛ ਵੀ ਨਹੀਂ ਪਰਵਾਹ ਹੀ ਨਾ ਕਰੋ ਤੁਸੀਂ
ਉਸ ਤੋਂ ਬਾਅਦ ਫਿਰ ਸਿੱਖੀ ਜੀ ਆਹ ਬੈਠੇ ਨੇ ਇਹਨਾਂ ਦੇ ਉੱਥੇ ਰੈਲੀ 'ਚ ਉਹ ਆ ਗਏ ਅਤੇ ਜਿੱਥੇ ਵੀ ਅਸੀਂ ਕਹਿੰਦੇ ਸੀ ਕਿ ਚੌਧਰੀ ਸਾਹਿਬ ਆਓ ਅਸੀਂ ਉੱਥੇ ਪਹੁੰਚਦੇ ਸੀ। ਇਸ ਤੋਂ ਜ਼ਿਆਦਾ ਸਾਂਝ, ਇਸ ਤੋਂ ਜ਼ਿਆਦਾ ਪਿਆਰ ਘੱਟ ਲੋਕ ਦਿੰਦੇ ਨੇ। ਔਰ ਇਹ ਨਹੀਂ ਕਿ ਸਿਰਫ ਮੂੰਹ ਦਿਖਾ ਕੇ ਤੁਰ ਪੈਣਾ, ਉੱਥੇ ਆ ਕੇ ਬਹਿੰਦੇ ਪਹਿਲਾਂ ਹੀ ਪਹੁੰਚ ਜਾਣਾ ਔਰ ਅਖੀਰ ਤੱਕ ਜਦੋਂ ਤਾਈਂ ਸਮਾਪਤੀ ਨਹੀਂ ਹੁੰਦੀ ਸੀ ਉੱਥੇ ਬੈਠੇ ਰਹਿਣਾ ਸੀ। ਅੱਜ ਅਸੀਂ ਇੱਕ ਸ਼ਖਸ ਦੇ ਬਾਰੇ, ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਆਇਆ। ਅੱਜ ਵੱਖ ਵੱਖ ਪਾਰਟੀਆਂ ਦੇ ਲੋਕ ਬੋਲੇ ਨੇ, ਸਾਡੇ ਪਾਰਟੀ ਦੇ ਲੋਕ ਬੋਲੇ ਨੇ, ਉੱਘੇ ਅਹੁਦੇਦਾਰ ਬੋਲੇ ਨੇ। ਸੁਨੀਲ ਜੀ ਨੇ ਆਪਣੇ ਪਾਰਟੀ ਲੈਜਿਸਲੇਚਰ ਪਾਰਟੀ ਵੱਲੋਂ ਉਹਨਾਂ ਦੀ ਪੂਰੀ ਸ਼ਲਾਘਾ ਕੀਤੀ, ਦੱਸਿਆ ਕਿ ਕੁਛ ਉਹਨਾਂ ਨੇ ਆਪਣੀ ਕਾਮਯਾਬੀਆਂ ਕੀਤੀਆਂ, ਕਿੰਨੀ ਕੁਛ ਕੰਟਰੀਬਿਊਸ਼ਨ ਉਹਨਾਂ ਦੀ ਰਹੀ। ਤੋ ਇਹ ਸਾਰੀਆਂ ਗੱਲਾਂ ਅਸੀਂ ਕਦੇ ਨਹੀਂ ਭੁੱਲ ਸਕਦੇ। ਔਰ ਅੱਜ ਤਾਂ ਹੀ ਹੈ ਕਿ ਜਦ ਤੋਂ ਅਸੀਂ ਮੁੜੇ ਇੱਧਰ ਨੂੰ, ਮੇਰਾ ਖਿਆਲ ਹਜ਼ਾਰਾਂ ਹੀ ਲੋਕ, ਕੋਈ ਆ ਰਿਹਾ ਸੀ, ਕੋਈ ਜਾ ਰਿਹਾ ਸੀ, ਪਰ ਆ ਕੇ ਇੱਥੇ ਮੱਥਾ ਟੇਕ ਕੇ ਆਪਣੇ ਆਪਣੇ ਕੰਮਾਂ 'ਚ ਗਏ। ਤੋ ਅੱਜ ਮੈਨੂੰ ਖਾਸ ਕਰਕੇ, ਸਾਡੇ ਸਾਥੀਆਂ ਨੂੰ ਖਾਸ ਕਰਕੇ, ਜਿਨ੍ਹਾਂ ਦੇ ਨਾਲ ਇਹਨਾਂ ਦਾ ਪਿਆਰ ਸੀ, ਅਸੀਂ ਇੱਕ ਦੋਸਤ ਨੂੰ, ਇੱਕ ਜੀ ਪਰਿਵਾਰ ਦੇ ਜੀ ਨੂੰ ਅਸੀਂ ਅੱਜ ਹੋ ਬੈਠੇ। ਹੁਕਮ ਤਾਂ ਅਕਾਲ ਪੁਰਖ ਦਾ ਆਉਂਦਾ, ਔਰ ਜਦੋਂ ਵੀ ਆਉਂਦਾ ਜੋ ਵੀ ਹੁਕਮ ਹੈ ਉਹਦੇ ਮੁਤਾਬਿਕ ਹੀ ਜ਼ਿੰਦਗੀ ਇਨਸਾਨ ਦੀ ਚੱਲਦੀ ਹੈ। ਉਹਨਾਂ ਦਾ ਸੱਦਾ ਆ ਗਿਆ ਸੀ ਔਰ ਅੱਜ ਉਹ ਗੁਰੂ ਦੇ ਦਰਬਾਰ ਦੇ ਵਿੱਚ ਨੇ। ਚੌਧਰੀ ਜਗਜੀਤ ਸਿੰਘ ਮੇਰੇ ਭਾਈ ਸੀ, ਪਰ ਮੈਂ ਸਮਝਦਾ ਕਿ ਉਹ ਆਪਣੇ ਆਪ ਇੱਕ ਅਧਿਆਇ ਸੀ, ਆਪਣੇ ਆਪ 'ਚ ਇੱਕ ਇੰਸਟੀਟਿਊਸ਼ਨ ਸੀ। ਔਰ ਜਿੰਨੀ ਮਜ਼ਬੂਤ ਇਰਾਦਾ, ਜਿੰਨੀ ਫਾਈਟਿੰਗ ਸਪਿਰਿਟ ਅਸੀਂ ਉਹਨਾਂ ਵਿੱਚ ਦੇਖੀਏ, ਜਿਸ ਤਰ੍ਹਾਂ ਸਾਥੀਆਂ ਨੇ, ਬਹੁਤ ਸਾਥੀਆਂ ਨੇ ਕਿਹਾ, 1977 ਦਾ ਜ਼ਿਕਰ ਕੀਤਾ, ਹੋਰ ਗੱਲ ਕੀਤਾ, ਲੇਕਿਨ ਬਹੁਤ ਵੱਡੇ ਵੱਡੇ ਐਸੇ ਸਮੇਂ ਆਏ, ਪਰ ਚੌਧਰੀ ਜਗਜੀਤ ਸਿੰਘ ਕਦੀ ਵੀ ਮੈਦਾਨ 'ਚੋਂ ਪਿੱਛੇ ਨਹੀਂ ਹਟੇ। ਉਹਨਾਂ ਨੇ ਮੈਦਾਨ ਵਿੱਚ ਅੱਗੇ ਹੀ ਕਦਮ ਰੱਖਿਆ ਔਰ ਆਪਣੇ ਪਰਿਵਾਰ ਦੀ, ਆਪਣੀ ਜਿਹੜੀ ਸਾਡੇ ਪਿਤਾ ਦੀ ਵਿਰਾਸਤ, ਉਸਨੂੰ ਕਾਇਮ ਰੱਖਣ ਵਿੱਚ ਕਦੀ ਵੀ ਉਹਨਾਂ ਨੇ ਝਿਜਕਟਾਹਟ ਮਹਿਸੂਸ ਨਹੀਂ ਕੀਤੀ। ਔਰ ਆਪਣੇ ਸਿਆਸੀ ਜੀਵਨ ਵਿੱਚ ਉਹਨਾਂ ਨੇ 1960 ਵਿੱਚ ਸਰਪੰਚੀ ਤੋਂ, ਇਸ ਪਿੰਡ ਦੀ ਸਰਪੰਚੀ ਤੋਂ ਸਿਆਸਤ ਸ਼ੁਰੂ ਕੀਤੀ। ਉਸ ਤੋਂ ਬਾਅਦ ਪੰਚਾਇਤ ਸਮਿਤੀ ਦੇ ਚੇਅਰਮੈਨ ਬਣੇ, ਉਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਬਣੇ, ਜਿਹੜੀ ਕੋਆਪਰੇਟਿਵ ਮੂਵਮੈਂਟ ਵਿੱਚ ਸੈਂਟਰਲ ਕੋਆਪਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਬਣੇ। ਸੋ ਸਾਰੇ ਹੀ ਫੀਲਡ ਦੇ ਵਿੱਚ ਉਹਨਾਂ ਨੇ, ਜ਼ਿਲ੍ਹਾ ਪ੍ਰੀਸ਼ਦ 'ਚ ਗਏ, ਉਹਨਾਂ ਨੇ ਆਪਣਾ ਯੋਗਦਾਨ ਪਾ ਕੇ 1980 ਵਿੱਚ ਪਹਿਲੇ MLA ਬਣੇ। ਔਰ ਮੈਨੂੰ ਯਾਦ ਹੈ 1980 ਤੋਂ ਲੈ ਕੇ ਅੱਜ ਤੱਕ ਜਿਹੜਾ ਮਿਸ਼ਨ ਸੀ, ਬਹੁਤ ਸਾਰੇ ਸਾਥੀ ਉਹਨਾਂ ਦੇ ਬੈਠੇ, ਸਾਰੇ ਸਾਥੀ ਉਹਨਾਂ ਦੇ ਕੈਪਟਨ ਦੇ ਕੁਲੀਗ ਵੀ ਬੈਠੇ, MLA ਵੀ ਉਹਨਾਂ ਦੇ ਨਾਲ ਸਾਥੀ ਬੈਠੇ, ਸਾਡੇ ਐਕਸ ਬਿਊਰੋਕਰੇਟ ਉਹ ਵੀ ਬੈਠੇ, ਪਰ ਉਹਨਾਂ ਨੇ ਜਿਹੜਾ ਸਾਡੇ ਪਰਿਵਾਰ ਦੀ, ਜਿਹੜੀ ਸਾਡੇ ਪਿਤਾ ਦੀ ਮਿਸ਼ਨ ਦੀ ਵਿਰਾਸਤ ਸੀ, ਉਸਦਾ ਝੰਡਾ ਹਮੇਸ਼ਾ ਉੱਚਾ ਰੱਖਿਆ, ਉਸ ਤੋਂ ਅੱਗੇ ਹੀ ਹਮੇਸ਼ਾ ਵਧਾਉਣ ਦਾ ਉਹਨਾਂ ਨੇ ਯਤਨ ਕੀਤਾ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਵਾਸ਼ਨ ਦਵਾਉਣਾ ਚਾਹੁੰਦਾ ਕਿ ਜਿਹੜਾ ਚੌਧਰੀ ਜਗਜੀਤ ਸਿੰਘ ਜੀ ਨੇ ਮਿਸ਼ਨ ਆਰੰਭਿਆ ਸੀ, ਸਾਡਾ ਪਰਿਵਾਰ ਮੇਰੇ ਇੱਧਰ ਸੱਜੇ ਹੱਥ ਸੁਰਿੰਦਰ ਚੌਧਰੀ, ਚੌਧਰੀ ਜਗਜੀਤ ਸਿੰਘ ਜੀ ਦਾ ਬੇਟਾ ਇੱਧਰ ਖੜ੍ਹਾ, ਜਿਸਨੇ ਵੀ ਪੰਚਾਇਤੀ ਰਾਜ ਤੋਂ ਆਪਣਾ ਜੀਵਨ ਆਰੰਭਿਆ, ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਿਆ, ਇੱਧਰ ਵਿਕਰਮ ਖੜ੍ਹਾ ਜਿਸਨੇ ਪਾਰਟੀ ਦੀ ਯੂਥ ਬੰਦੀ ਵਿੱਚ ਬਹੁਤ ਵੱਡਾ ਰੋਲ ਹੈ। ਸੋ ਮੈਂ ਤੁਹਾਨੂੰ ਇਹ ਸਵਾਸ਼ਨ ਦਿਵਾਉਣਾ ਕਿ ਸਾਡਾ ਸਾਰਾ ਹੀ ਪਰਿਵਾਰ, ਸਾਰੇ ਹੀ ਸਾਡੇ ਤਿੰਨੇ ਰਕੇਸ਼ ਪਾਤ ਆਇਆ, ਸਾਡੇ ਵੱਡੇ ਭਾਈ ਰਵਿੰਦਰ ਕੁਮਾਰ ਜੀ ਆਏ, ਸਾਡੇ ਦਮਾਦ ਕਪਿਲ ਜੀ, ਭਰਤ ਜੀ,
ਸਰਦਾਰ ਗੁਰਦੇਵ ਸਿੰਘ ਜੀ, ਇਹ ਸਾਰਾ ਹੀ ਸਾਡਾ ਪਰਿਵਾਰ ਜਿਹੜਾ ਹੈ ਉਹ ਚੌਧਰੀ ਜਗਜੀਤ ਸਿੰਘ ਔਰ ਮਾਸਟਰ ਗੁਰਵੰਤਨ ਸਿੰਘ ਜੀ ਦਾ ਜਿਹੜਾ ਮਿਸ਼ਨ ਹੈ ਉਸਨੂੰ ਇਸ ਹਮੇਸ਼ਾ ਰਹਿੰਦੀ ਦੁਨੀਆ ਤੱਕ ਸਾਡੀ ਕੋਸ਼ਿਸ਼ ਹੋਈ। ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਕਣ ਪਾਵਨ ਮੂਲੇ ਉੜ ਗਏ ਬੇਕਾਰ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਕਣ ਪਾਵਨ ਮੂਲੇ ਉੜ ਗਏ ਬੇਕਾਰ ਖਾਲਸਾ ਸ੍ਰੀ ਵਾਹਿਗੁਰੂ।